ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਬੈਕ ਟੂ ਆਰ ਯੂਟਿਊਬ ਚੈਨਲ। ਹੋਪ ਕਰਦੇ ਹਾਂ ਸਾਰੇ ਜਣੇ ਘੈਂਟ ਹੋਵੋਗੇ। ਅਤੇ ਅਸੀਂ ਜਿੱਥੇ ਆਉਣਾ ਸੀ ਅਸੀਂ ਪਹੁੰਚ ਚੁੱਕੇ ਹਾਂ, ਅਤੇ ਹੁਣ ਠੰਡ ਕਰਕੇ ਅਸੀਂ ਆਪਣੇ ਹੱਥ ਪੈਰ ਸੇਕ ਰਹੇ ਹਾਂ, ਬਸ ਹੱਥੇ ਸੇਕ ਰਹੇ ਹਾਂ, ਪੈਰ ਬਾਹਰ ਸੇਕਾਂਗੇ। ਅਤੇ ਵੀਡੀਓ ਸਾਡੀ ਅਪਲੋਡ ਨਹੀਂ ਹੋ ਰਹੀ ਸੀ, ਇਸ ਲਈ ਆਪਾਂ ਉੱਪਰ ਆ ਗਏ। ਅਤੇ ਉੱਪਰ ਬਸ ਬਸ ਇੱਕ ਸੀਂਖ ਨਾਲ ਅਸੀਂ ਅੱਗ ਮਚਾ ਤੀ ਹੈ, ਅਤੇ ਹੁਣ ਆਪਾਂ ਹੱਥ ਸੇਕਾਂਗੇ। ਠੰਡ ਬਹੁਤ ਜ਼ਿਆਦਾ ਹੋ ਗਈ ਆ, ਅਤੇ ਵੀਡੀਓ ਅਪਲੋਡ ਕਰ ਲਈਏ, ਫਿਰ ਮਿਲਦੇ ਹਾਂ। ਅਤੇ ਉਹਨਾਂ ਟਾਈਮ ਕਰ ਲਓ ਚੈਨਲ ਨੂੰ ਸਬਸਕ੍ਰਾਈਬ। कैसा फील कर रहे हो आप? बहुत अच्छा फील कर रहे हैं, हमने सरमैका मचा दिया। कैसा लग रहा है आपको? बहुत अच्छा लग रहा है, आप बताओ कैसा लग रहा है आपको? मुझे तो बहुत अच्छा। हमारी वीडियो अपलोड होने ही वाली है, सवा छः ऑलरेडी हो चुके हैं, वीडियो दी वेट कर दे बस जल्दी जल्दी। मैं इतने बैठी सी, ਨੈਟਵਰਕ ਘੱਟ ਸੀਗਾ ਥੱਲੇ, ਤਾਂ ਕਰਕੇ ਹੁਣ ਅਸੀਂ ਉੱਪਰ ਆ ਗਏ ਸੀਗੇ। ਫਿਰ ਹੁਣ ਵੀਡੀਓ ਅਪਲੋਡ ਕਰਕੇ ਚੱਲਦੇ ਆ ਥੱਲੇ, ਫਿਰ ਰੋਟੀ ਰੋਟੀ ਖਾਈਏ। ਵਾਈਫਾਈ ਬਿਨਾ ਔਖਾ ਹੋ ਜਾਂਦਾ ਵੀਡੀਓ ਅਪਲੋਡ ਕਰਨੀ, ਹੈ ਨਾ? ਯੈਸ, ਉੱਥੇ 2 ਮਿੰਟ ਲੱਗਦੇ ਨੇ, 5 ਮਿੰਟ, 3 ਮਿੰਟਾਂ 'ਚ ਹੋ ਜਾਂਦੀ ਅਪਲੋਡ ਉੱਥੇ। ਨਹੀਂ 5 ਮਿੰਟ ਲੈ ਲੈਂਦੇ, ਮੈਂ ਕਰਦੀ ਹਾਂ, ਮੈਨੂੰ ਪਤਾ, ਮੈਨੂੰ ਪਤਾ ਨਾ। ਹਾਂ, ਉਹ ਮਿਲਦੇ ਆ ਜੀ ਫਿਰ ਵੀਡੀਓ ਅਪਲੋਡ ਕਰਕੇ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ, ਕਿੱਦਾਂ ਕੈਮ, ਤੂੰ ਦੱਸ? ਵਧੀਆ। ਸੈੱਟ ਹੈ? ਯਾ ਪੂਰੀ ਸੈੱਟ ਹੈ? ਯਾ ਟਾਈਮ ਦੇਖ ਲਓ ਕਿੰਨਾ ਹੋਇਆ। ਟਾਈਮ 9:15 ਹੋਇਆ ਨੇ। ਹਾਂ, ਉੱਠਣਾ ਤਾਂ ਪਿਆ ਨਹੀਂ, 10 ਵਜੇ ਤੱਕ ਜਦ ਤੱਕ 10 ਨਹੀਂ ਵੱਜਦੇ ਨਾ ਘੜੀ 'ਚ, ਬਸ ਉੱਠਦੇ ਹਾਂ ਯਾਰ, ਚੱਲਦੇ ਹਾਂ ਆਪਾਂ, ਭੱਜ ਆਉਣੇ ਆ। ਉੱਠੋ, ਉੱਠ ਖੜੇ, ਲੋ ਉੱਠ ਖੜੇ, ਦੱਸੋ ਸਮਾਰ ਕੇ ਉੱਠੋ। ਨਹੀਂ ਰੋਣਾ ਨਹੀਂ, ਰੋਣਾ ਨਹੀਂ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਉੱਠਣਾ ਤਾਂ ਪੈਂਦਾ ਹੀ ਆ, ਰੋਣਾ ਨਹੀਂ। ਚਲੋ ਜੀ, ਹੁਣ ਆਪਾਂ ਚਾਹ ਚੋ ਪੀ ਲਈ ਆ, ਉਹ ਵੀ ਕਿਹਦੇ ਨਾਲ? ਕਾਹਦੇ ਨਾਲ? ਪੰਜੀਰੀ ਨਾਲ। ਯਾ ਹੁਣ ਆਪਾਂ ਰੋਟੀ ਖਾਵਾਂਗੇ, ਰੋਟੀ ਖਾਵਾਂਗੇ, ਫਿਰ ਆਪਾਂ ਜਾਵਾਂਗੇ, ਨਾਵਾਂਗੇ, ਫਿਰ ਜਾਵਾਂਗੇ। ਕੀ ਕਰ ਰਹੇ ਹੋ? ਮੈਂ ਕੱਪੜੇ ਸੈੱਟ ਕਰ ਰਿਹਾ। ਤਿਆਰ ਹੋ ਗਿਆ? ਯੈਸ। ਜਲਦੀ ਹੋਇਆ ਕਰੋ, ਟਾਈਮ ਕਬ ਕੀ ਤਿਆਰ ਹੋ, ਨਾ ਮੰਮੀ ਤਿਆਰ ਹੋਈ ਆ, ਨਾ ਕੋਈ ਤਿਆਰ ਹੋਇਆ। ਸਾਡੇ 10 ਵਜੇ ਦੀ ਮੇਕਅਪ ਕਰਨ ਲੱਗੀ ਹੋਈ, 11:05 ਤੇ ਮੇਕਅਪ ਕਰ ਗਿਆ। ਦੇਖੋ ਤੁਸੀਂ ਤੁਸੀਂ ਦੱਸ ਤੁਸੀਂ ਦੱਸ ਸਕਦੇ ਤੁਸੀਂ ਆ ਮਾਸਕ ਦੋ ਕਿਉਂ ਪਾਏ? ਇਹ ਕਰੋਨਾ ਦਾ ਡਰ ਹੈ ਕਿ ਕੋਈ ਹੋਰ ਚੱਕਰ ਹੈ? ਬਤਾਓ ਬਤਾਓ ਬਤਾਓ। ਬਤਾਓ ਤਾਂ ਸਹੀ, ਆਪਣੇ ਇੱਕ ਵੀ ਮਾਸਕ ਨਹੀਂ ਡਾਲਾ, ਆਪਣੇ ਡਬਲ ਡਬਲ ਡਾਲੇ ਆ। ਕਬ ਡਾਲਿਆ ਮੇਰੇ ਮਾਸਕ? ਦੱਸੋ ਕਿਉਂ ਪਾਇਆ ਤੁਸੀਂ ਦੋ ਮਾਸਕ? ਮੈਨੂੰ ਗੱਡੀ ਦਾ ਤੇਲ ਚੜਦਾ, ਮੰਮੀ ਸਾਡੀ ਕਹਿੰਦੀ ਵੀ ਮੈਨੂੰ ਗੱਡੀ 'ਚ ਤੇਲ ਚੜਦਾ, ਇਸ ਕਰਕੇ ਮੈਨੂੰ ਜਮਾਂ ਸਮੈਲ ਨਹੀਂ ਆਉਣੀ ਚਾਹੀਦੀ, ਮੈਂ ਦੋ ਮਾਸਕ ਲਾ ਕੇ ਜਾਊਂਗੀ। ਯਾਰ ਇੰਨਾ ਦਿਮਾਗ, ਇੰਨਾ ਦਿਮਾਗ, ਮੈਨੂੰ ਤਾਂ ਹੀ ਮੈਂ ਸੋਚਾਂ ਮੇਰੇ ਕੋਲ ਇੰਨਾ ਦਿਮਾਗ ਕਿਉਂ ਹੈ, ਕਿਉਂਕਿ ਮੇਰੀ ਮੰਮੀ ਕੋਲ ਇੰਨਾ ਦਿਮਾਗ ਹੈ। ਤੇਰੇ ਕੋਲ ਤਾਂ ਵਾਧੂ ਆ। ਮੰਮੀ ਨੇ ਦੋ ਮਾਸਕ ਲਾਏ, ਇੱਕ ਅੱਧਾ ਹੋਰ ਲਾਣਾ ਸੀ। ਹੋਰ ਜਦੋਂ ਕੋਈ ਨੀ, ਇਹਦੀ ਵੀ ਕਰਾਂਗੇ ਬੇਇੱਜ਼ਤੀ, ਕੋਈ ਨੀ, ਕੋਈ ਗੱਲ ਆਊਗੀ ਬੇਇੱਜ਼ਤੀ ਕਰਨ ਵਾਲੀ, ਕੋਈ ਹਮਾਰਾ ਟਾਈਮ ਵੀ ਕਦੀ ਆਏਗਾ। ਚਲੋ ਜੀ, ਹੁਣ ਆਪਾਂ ਰੈਡੀ ਆ, ਟਾਈਮ 11:15 ਹੋ ਗਏ, ਇਹਨਾਂ ਸਾਰਿਆਂ ਨੇ ਲੇਟ ਕਰਾਤਾ, ਸੋ ਹੁਣ ਆਪਾਂ ਚੱਲਦੇ ਆ। ਕਹਾਂ ਜਾਓ, ਦੇਖੋ ਤੁਸੀਂ ਇੰਨੇ ਛੋਟੇ ਜਿਹੇ ਲੱਗ ਰਹੇ ਹੋ। ਚਲੋ ਮੇਰੀ ਗੱਡੀ ਤੇ ਕੱਪੜਾ ਮਾਰੋ, ਮੇਰੀ ਮੇਰੀ ਗੱਡੀ ਸਾਫ ਕਰੋ, ਮੇਰੀ ਗੱਡੀ ਸਾਫ ਕਰੋ, ਮੇਰੀ ਗੱਡੀ ਸਾਫ ਕਰ। ਲੇਟ ਕਰਾਣੇ ਵਾਲੇ ਪੀਪਲ, ਲੇਟ ਕਰਾਣੇ ਵਾਲੇ ਪੀਪਲਸ, ਲੇਟ ਕਰਾਣੇ ਵਾਲੇ ਪੀਪਲਸ। ਮੰਮੀ ਵੇਅਰ ਇਜ਼ ਯੋਰ ਮਾਸਕ? ਮੰਮੀ ਨੇ ਮਾਸਕ ਲਾਤੇ, ਡਬਲ ਮਾਸਕ, ਵੇਅਰ ਇਜ਼ ਯੋਰ ਡਬਲ ਮਾਸਕ?
ये क्या कर दिया आपने? जब मैं आती हूँ आपका फोन ही क्यों गिरता है? क्या आप मेरा नाम लगाने की सोच रहे हो? जब ये आएगी मैं तभी फोन गिरूं और इसका नाम लगाऊं? मेरी सीट पे नहीं रखना, मेरी सीट पे नहीं रखना। दीदी छोटी जी कौन आ गई है? नहीं कहती जीजू नन्नी आ जा भाके, भाके हेलो हेलो बोलो कैसे हो आप? कहाँ जा रहे हो आप? गुम्मी करने जा रहे हो? मम्मा को लेके जा रहे हो ना साथ में? नानी हाउस जा रहे हो और जीजा जी के घर जा रहे हो? जीजा के साथ जा रहे हो है ना? हेलो तो कर दो जीजा जी, हेलो करो। हाँ जी सो असीं गुरु घर पहुँच गए हाँ। अज पिछले संडे भी असीं आए सी ते अज क्यों आए हैं थोनू असीं घरे जाके दसांगे। यस ते हुण आपां किन्ने बजे पहुँचे? 12 बज गए मैनूं लगदा, 12 बज गए, 12 बज गए 4 मिंट हो गए। ते हुण आपां अंदर चलिए मत्था टेकिए ते थोनू फिर मिलदे हैं ना। यस लंगर खा के लंगर छक के पेट पूजा करके निकल चली है सेना घर नू है ना लवप्रीत? नहीं। देखो छोटे 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 बच्चे उस बचाई का खड़ौना खो के आप देखो बस चाय पियो। नन्नी चाय पिएगी? पीनी है हैं 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 नन्नी चाय पिएगी हैं हैं अच्छा सबको अपना नाम बता दो। व्हाट्स योर नेम? नाया। मम्मी का नाम? हाउ आर यू? हाउ आर यू? फाइन। क्या पीना है? चाय पीनी है। अरे ये क्या कर रहे हो आप? क्या कर रहे हो ये आप? चुन्नी चुन्नी कैप कहाँ गई आपकी? कैप कैप कहाँ है? कैप लो इसको सिर पे, लो कैप को, कैप को लो सिर पे। नन्नी चाय पी लो, चाय पी लो। जीजा साड़ी का मजाक। चाय नहीं पीनी? ये कौन है? कौन है ये? जीजू। हनी कौन है ये? छोटी साड़ी। ते इत्थे सेकी जा रही है धुप। असी आ गए सी घरे,
घरे आने तो बाद बस असी धुप्प च बह गए, बस चाह पी ली, होर तो नहीं कुछ किया। जिहड़ा अज जिथे असी जाना सी उत्थे लेट हो गए। हुण असी अज जिहड़ा मेन काम सी अज दा वह खत्म हो गया, हुण जिहड़ा सैकेंड मेन काम वह हैगा कल नू। सो आपां इह सोचिआ मैं क्या अज भी जे आपां 2:30 बज गए सीगे सानू आंदे आंदे नू, मैं क्या जे असी हुण गए फिर लेट हो जाएंगे, ब्लॉग नहीं अपलोड होना, ब्लॉग का बहुत टेंशन रहती है जो वाईफाई ना हो। सो अज असी गए सीगे पंजोखरा साहब, तो काफ़ी कमेंट भी आए सी भी हाँ जो तुसी आउने असी स्टोरी पा दें उत्थे आके, तो मिल लिया करो जिन्हें ने मिलना कोई चक्कर नहीं है। तो बाकी असी क्यों गए सीगे, मेन रीज़न सीगा उत्थे जाण दा, एक्चुअली तुहानू सारयां नू पता ही है मैं पहला स्पैशल वीडियो भी बनाई सी भी मेरे फादर की जिहड़ी डैथ आ वो जनवरी च होई सीगी। सो असी उन्हां करके अरदास करा के आए सीगे, थोड़ा जिहा राशन दान किया सी असी गुरु घर च। सो उन्हां दे नाम ते अरदास मेन सा इही सीगा, उन्हां दे नाम ते अरदास कराउणी सी असी, बस वह कराउंदे हुंदे आ असी हर साल। सो तां करके गए सीगे मम्मी मैं हनी ते हनी दी छोटी जी साली साहिब बहुत क्यूट है, तुसी कमेंट डाउन करके दस्सियो है ना, सच्ची बहुत सोहनी लगती है। तो हुण बाकी जिहड़े साडे मेन काम ने वह अगे आने वाले 2-3 दिन च ने, देखते हैं जे बाकी शायद जिहड़ा असी ट्रिप की गल कीती सी जे असी इस महीने मतलब आ मंथ जिहड़े साडे काम ने कंप्लीट हो गए तो नैक्सट मंथ जिहड़ा साडे ट्रिप आउणगे। हाँ ਤੇ ਨੈਕਸਟ ਮੰਥ ਤੇ ਪਲਾਨ ਕਰਾਂਗੇ ਬਾਕੀ ਕਿੱਥੇ ਦਾ ਕਰਨਾ ਕਿੱਥੇ ਨਹੀਂ। ਹਾਂ ਕਿਉਂਕਿ ਆ ਮਹੀਨੇ ਦੇ ਲਾਸਟ ਤੇ ਮਤਲਬ ਸਾਡੇ ਕੰਮ ਸਾਰੇ ਵੀ ਨਿਬੜ ਜਾਣੇ ਨੇ, ਸੋ ਤਾਂ ਕਰਕੇ ਨਿਬੜ ਨਹੀਂ ਜਾਣੇ, ਨਿਬੜ ਜਾਣੇ ਖਤਮ ਹੋ ਜਾਣੇ, ਖਤਮ ਹੋ ਜਾਣੇ। ਸੋ ਫਿਰ ਆਪਾਂ ਅਗਲੇ ਮੰਥ ਹੀ ਸੋਚਾਂਗੇ ਯਾਰ। ਗੁਰੂ ਘਰ ਲੰਗਰ ਖਾਏ ਇੰਨਾ ਟੇਸਟੀ ਸੀ ਇਹਨਾਂ ਨੇ, ਪਹਿਲਾਂ ਪਿਛਲੀ ਵਾਰ ਮੈਂ ਜਦੋਂ ਆਈ ਸੀ ਮੈਂ ਖਾਇਆ ਨਹੀਂ ਸੀਗਾ, ਹਨੀ ਨੇ ਵੀ ਨਹੀਂ ਖਾਇਆ ਸੀ, ਇਸ ਵਾਰ ਹਨੀ ਕਹਿੰਦੇ ਖਾਣਾ ਆ ਹੈ ਨਾ। ਸਹੀ ਗੱਲ ਹੈ, ਫਿਰ ਜਦੋਂ ਅਸੀਂ ਗਏ ਉੱਥੇ ਇੰਨਾ ਟੇਸਟ, ਨਾਲੇ ਘਰੋਂ ਰੋਟੀ ਖਾ ਕੇ ਵੀ ਗਏ ਸੀ। ਚਲੋ ਜ਼ਰੂਰੀ ਹੁੰਦਾ ਉਹ ਵੀ ਕਦੇ ਕਦੇ ਤਾਂ ਛਕਣਾ ਚਾਹੀਦਾ। ਜੇ ਹੁਣ ਤੱਕ ਮੈਂ ਰਾਣਾ ਸਾਹਿਬ ਜਾਂਦੇ ਹਾਂ ਜਿਵੇਂ ਅਸੀਂ ਸੰਡੇ ਨੂੰ, ਮੈਂ ਹੁਣ ਤੱਕ ਇੱਕ ਵੀ ਵਾਰ ਉੱਥੇ ਲੰਗਰ ਨਹੀਂ ਛਕਿਆ, ਪਤਾ ਨਹੀਂ ਕਿਉਂ। ਅਸੀਂ ਕਿਉਂਕਿ ਜਾਂਦੇ ਹੀ ਬੇ ਟਾਈਮ ਜੇ ਆ ਸ਼ਾਮ ਦੇ ਟਾਈਮ ਜਾਂਦੇ, ਪਰ ਲੰਗਰ ਤਾਂ ਚੱਲਦਾ ਹੁੰਦਾ, ਸੋ ਅਸੀਂ ਨਹੀਂ ਛਕਦੇ ਹਨਾ। 6-7 ਵਜੇ ਪ੍ਰੀਤ ਨੇ ਕਾਫੀ ਟਾਈਮ ਬਾਅਦ ਲੰਗਰ ਛਕਿਆ। ਹਾਂ ਕਾਫੀ ਟਾਈਮ ਬਾਅਦ। ਅਤੇ ਬਾਕੀ ਹੁਣ ਤੁਸੀਂ ਸਾਰਿਆਂ ਨੇ ਕੀ ਕਰਨਾ ਆ, ਚੈਨਲ ਨੂੰ ਕਰਨਾ ਆ ਸਬਸਕ੍ਰਾਈਬ, ਵੀਡੀਓ ਨੂੰ ਕਰਨਾ ਆ ਲਾਈਕ ਕਮੈਂਟ ਐਂਡ ਸ਼ੇਅਰ, ਅਤੇ ਮੇਰੇ ਦੂਜੇ ਚੈਨਲ ਨੂੰ ਵੀ ਕਰਨਾ ਆ ਸਬਸਕ੍ਰਾਈਬ ਜਲਦੀ ਜਲਦੀ, ਠੀਕ ਆ ਸਾਰਿਆਂ ਨੇ ਕਰਨਾ ਆ। ਅਤੇ ਕਾਫੀ ਜਣਿਆਂ ਨੂੰ ਚੈਨਲ ਨਹੀਂ ਮਿਲਿਆ ਸੀਗਾ, ਕਮੈਂਟ ਵੀ ਆਏ ਸੀਗੇ, ਸੋ ਚੈਨਲ ਦਾ ਜਿਹੜਾ ਲਿੰਕ ਆ ਉਹ ਡਿਸਕ੍ਰਿਪਸ਼ਨ 'ਚ ਦਿੱਤਾ ਹੁੰਦਾ, ਸਾਡੇ ਇੰਸਟਾਗ੍ਰਾਮ ਦਾ ਵੀ, ਮੇਰੀ ਆਈਡੀ ਦਾ ਵੀ, ਦੂਜੀ ਆਈਡੀ ਦਾ ਵੀ, ਹੈ ਨਾ। ਸੋ ਲੈਂਗੁਏਜ ਪਿੱਛੇ ਕਾਫੀ ਕਮੈਂਟ ਆਏ ਸੀ, ਕਾਫੀਆਂ ਨੇ ਉਸੇ ਲੈਂਗੁਏਜ 'ਚ ਕਮੈਂਟ ਕੀਤਾ, ਹੈ ਨਾ, ਵਧੀਆ ਲੱਗਾ ਦੇਖ ਕੇ। ਦੁਬਾਰਾ ਫੇਰ ਕਰ ਦਿਓ, ਬੋਲ ਕੇ ਸੁਣਾਈ ਲਾ ਵੀ। ਕੀ ਬੋਲਾਂ ਕਿੱਥੇ ਜਾ ਗਈ ਅੱਜ? ਮੈਂ ਅੱਜ ਪੰਜੋਖਰਾ ਸਾਹਿਬ ਗਈ ਸੀ। ਕਿੱਥੇ ਗਈ ਸੀ? ਤੇ ਕਿੰਨੇ ਵਜੇ ਆਏ ਅੱਜ? ਆਪਾਂ 2:30 ਵਜੇ ਆਏ ਉੱਥੇ ਤੇ। ਹੋਰ ਕੁਝ? ਹੁਣ ਕਿੱਥੇ ਜਾਣਾ ਸੀਗਾ ਆਪਾਂ? ਕਿਤੇ ਵੀ ਨਹੀਂ ਜਾਣਾ, ਕੁਝ ਕੰਮ ਜਾਣਾ ਸੀ। ਤੁਹਾਡੇ ਤੋਂ ਨਹੀਂ ਬੋਲੀ ਜਾਣੀ, ਤੁਸੀਂ ਰਹਿਣ ਦਿਓ। ਅਤੇ ਹੁਣ ਆਪਾਂ ਇਸ ਵੀਡੀਓ ਨੂੰ ਇੱਥੇ ਹੀ ਕਰਦੇ ਹਾਂ ਐਂਡ, ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ 'ਚ। ਉਦੋਂ ਤੱਕ ਟੇਕ ਕੇਅਰ ਸਾਰਿਆਂ ਨੇ ਕਰਨੀ ਆਪਣੀ ਅਤੇ ਆਪਣੇ ਘਰਦਿਆਂ ਦੀ ਸਾਰਿਆਂ ਦੀ, ਅਤੇ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ। ਟਿਲ ਦੈਨ ਬਾਏ ਬਾਏ, ਟੇਕ ਕੇਅਰ, ਬਾਏ।